Morning Report. ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਆਪਣੇ ਯੂਟਿਊਬ ਚੈਨਲ 'ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਉਣ ਲੱਗੇ ਹਾਂ ਨਿਊ ਹੋਲੈਂਡ ਦਾ ਮਾਡਲ, ਜਿਹੜੀ ਆਪਾਂ ਇੱਕ ਪਹਿਲਾਂ ਸ਼ੋਅ ਕੀਤੀ ਸੀਗੀ, ਅੱਜ ਤਿਆਰ ਕੀਤੀ ਸੀਗੀ। ਅੱਜ ਆਪਾਂ ਉਹਦਾ ਮਾਡਲ ਹੈ ਜਿਹੜਾ ਤਿਆਰ ਕਰਾਂਗੇ, ਜਿੱਥੋਂ ਤੱਕ ਹੋ ਸਕੇ ਆਪਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਬਣਾਵਾਂਗੇ। ਇਹ ਵਾਲੀ ਆਪਣੀ ਜਿਹੜੀ ਸ਼ੋਅ ਹੈ ਪਹਿਲਾਂ ਆਪਾਂ ਬਣਾਈ ਸੀਗੀ ਜਿਹੜੀ, ਅਤੇ ਇਹਦੇ 'ਤੇ ਵਾਸਤੇ ਆਪਾਂ ਨੇ ਜਿਹੜੇ ਟਾਇਰ ਤਿਆਰ ਕੀਤੇ ਨੇ, ਇਹ ਵਾਲੇ ਹੋਮਮੇਡ ਹੀ ਨੇ। ਇੱਕ ਜਿਹੜੇ ਫਰੰਟ ਟਾਇਰ ਨੇ ਇਹ ਵਾਲੇ, ਬਾਕੀ ਜੇ ਇੱਦਾਂ ਦੀ ਕਿਸੇ ਨੇ ਟਾਇਰਾਂ ਦੀ ਮੇਕਿੰਗ ਵੀਡੀਓ ਦੇਖਣੀ ਹੋਵੇ ਤਾਂ ਆਪਾਂ ਡਿਸਕ੍ਰਿਪਸ਼ਨ 'ਚ ਲਿੰਕ ਦੇ ਦਾਂਗੇ। ਬਾਕੀ ਜਿਹੜੇ ਮੈਂ ਜਿਹੜੇ ਪਿਛਲੇ ਟਾਇਰ ਵੀ ਤਿਆਰ ਕੀਤੇ ਸੀਗੇ ਉਹ ਇੱਦਾਂ, ਉਹਨਾਂ ਦੀ ਵੀਡੀਓ ਦੇਖਣੀ ਹੋਵੇ ਤਾਂ ਉਹਦੇ ਵੀ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਅਤੇ ਬਾਕੀ ਹੁਣ ਇਹਨੂੰ ਅੱਗੇ ਜਿਹੜਾ ਤਿਆਰ ਕਰਦੇ ਹਾਂ, ਪਹਿਲਾਂ ਆਪਾਂ ਜਿਹੜਾ ਪਿਛਲੀ ਵੀਡੀਓ ਦੇ ਵਿੱਚ ਚਿਮਟੀ ਨਾਟਕਾਂ ਦਾ ਮਾਡਲ ਬਣਾਇਆ ਸੀਗਾ, ਉੱਦਾਂ ਹੀ ਆਪਾਂ ਜਿਹੜਾ ਇੱਦਾਂ ਦੋ ਪਾਈਪ ਲਗਾਏ ਸੀਗੇ ਆਪਾਂ ਇਹਦੇ 'ਤੇ ਚੋਰਸ, ਇਹਦੇ ਵਿੱਚ ਵੀ ਉੱਦਾਂ ਹੀ ਲਗਾ ਦਾਂਗੇ ਇਸ ਤਰੀਕੇ ਨਾਲ। ਥੱਲੇ ਤੋਂ ਜਿਹੜਾ ਕੱਟ ਕੀਤਾ ਹੋਇਆ ਆਪਾਂ ਹੀ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਜਿਹੜਾ ਇਹ ਸ਼ੋਅ ਲੈਣੀ ਹੈ, ਅਤੇ ਜਿਵੇਂ ਆਪਾਂ ਇਹਨੂੰ ਤਿੰਨ ਪਾਈਪ ਦੋ ਪਾਈਪ ਸੀਗੇ ਆਪਣੇ ਇਹ ਜੋੜ ਲੈਣੇ, ਅਤੇ ਉੱਪਰ ਥੋੜ੍ਹਾ ਜਿਹਾ ਉੱਚਾ ਕਰਨ ਵਾਸਤੇ ਆਪਾਂ ਇਹ ਲਗਾਈ ਹੈ, ਕਿਉਂਕਿ ਇਹ ਜਿਹੜਾ ਸਹੀ ਤਰੀਕੇ ਨਾਲ ਨਹੀਂ ਅਸੀਂ ਆ ਰਿਹਾ ਸੀਗਾ। ਹੁਣ ਮੈਂ ਇਹਨੂੰ ਜਿਹੜਾ ਥੋੜ੍ਹਾ ਜਿਹਾ ਉੱਚਾ ਕਰ ਦਿੱਤਾ। ਹੁਣ ਆਪਾਂ ਜਿਹੜਾ ਇਹਦੇ ਉੱਤੇ ਇਹਨੂੰ ਇਸ ਤਰੀਕੇ ਨਾਲ ਲਗਾ ਦੇਣਾ ਇੱਧਰਲੀ ਸਾਈਡ 'ਤੇ, ਤੁਸੀਂ ਦੇਖ ਸਕਦੇ ਹੋ। ਅਤੇ ਜਿਹੜਾ ਥੋੜ੍ਹੇ ਜਿਹੇ ਪੀਸ ਇੱਥੇ ਖਾਲੀ ਬਚਦੇ ਨੇ, ਇਹਨਾਂ ਵਿੱਚ ਆਪਾਂ ਐਮਸੀਲ ਵਗੈਰਾ ਭਰ ਸਕਦੇ ਹੋ। ਹੁਣ ਆਪਾਂ ਜਿਹੜਾ ਇਹਦੇ ਅੰਦਰ ਇੱਥੇ ਐਮਸੀਲ ਭਰ ਦਿੱਤੀ ਹੈ, ਅਤੇ ਬਿਲਕੁਲ ਇਹ ਜਿਹੜਾ ਪਲੇਨ ਹੋ ਗਿਆ ਆ। ਅਤੇ ਹੁਣ ਆਪਾਂ ਨੇ ਜਿਹੜਾ ਕੁਝ ਇਲੈਕਟ੍ਰਿਕ ਕੰਪੋਨੈਂਟਸ ਦਾ ਯੂਜ਼ ਕਰਕੇ ਜਿਹੜਾ ਇਹਦਾ ਇੰਜਣ ਬਣਾਵਾਂਗੇ। ਇਹ ਨੇ ਆਪਣੇ ਕੋਲ ਜੀ ਇਲੈਕਟ੍ਰਿਕ ਕੰਪੋਨੈਂਟਸ, ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਯੂਜ਼ ਕਰ ਸਕਦੇ ਹੋ। ਆਪਾਂ ਵੈਸੇ ਇਹ ਲੈ ਰਹੇ ਨੇ ਆਪਣਾ ਇੰਜਣ, ਜਿਹੜਾ ਟਰੈਕਟਰ ਦੀ ਫੋਟੋ 'ਤੇ ਦੇਖ ਕੇ ਆਪਾਂ ਜਿਹੜਾ ਬਣਾ ਸਕਦੇ ਹਾਂ। ਜ਼ਰੂਰੀ ਨਹੀਂ ਆਪਾਂ ਜਿਹੜਾ ਇੱਦਾਂ ਦੀ ਲਈਏ, ਅਲੱਗ ਵੀ ਲੈ ਸਕਦੇ ਹਾਂ, ਕੋਈ ਫਰਕ ਨਹੀਂ ਹੈਗਾ ਇਹਦਾ। ਉਹ ਜੀ ਇੱਕ ਸਾਈਡ ਆਪਣੀ ਜਿਹੜੀ ਬਿਲਕੁਲ ਰੈਡੀ ਹੋ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਕੀ ਯੂਜ਼ ਕੀਤਾ ਆ। ਅਤੇ ਹੁਣ ਆਪਾਂ ਜਿਹੜਾ ਇੱਧਰਲੀ ਸਾਈਡ ਤਿਆਰ ਕਰਦੇ ਹਾਂ। ਜੀ ਹੁਣ ਆਪਣਾ ਜਿਹੜਾ ਇੰਜਣ ਹੈ ਬਿਲਕੁਲ ਰੈਡੀ ਹੋ ਚੁੱਕਿਆ, ਇਹਦਾ ਦੋਨਾਂ ਸਾਈਡਾਂ ਤੋਂ ਆਪਾਂ ਬਣਾ ਲਿਆ। ਆਪਾਂ ਵੀਡੀਓ ਥੋੜ੍ਹੀ ਜਿਹੀ ਸਕਿੱਪ ਕੀਤੀ ਸੀਗੀ, ਕਿਉਂਕਿ ਇਹਨੂੰ ਲਗਾਉਣ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ। ਅਤੇ ਬਾਕੀ ਤੁਸੀਂ ਇੱਦਾਂ ਤੁਸੀਂ ਦੇਖ ਸਕਦੇ ਹੋ ਕਿੱਦਾਂ ਆਪਾਂ ਲਗਾਈ ਨਹੀਂ ਇਹਦੇ ਉੱਤੇ। ਇਹ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਜਿਹੜਾ ਇੱਦਾਂ ਦਾ ਕੰਪੋਨੈਂਟ ਹੁੰਦਾ ਹੈ ਯੂਜ਼ ਕਰ ਸਕਦੇ ਹੋ, ਇਹਦੇ ਕੋਈ ਜ਼ਰੂਰੀ ਨਹੀਂ ਆਪਾਂ ਇੱਦਾਂ ਦੀ ਲਗਾਉਣੇ ਨੇ। ਹੁਣ ਆਪਾਂ ਨੇ ਜਿਹੜਾ ਇੱਦਾਂ ਇਹਦੇ ਪਿੱਛੇ ਲਗਾਉਣ ਵਾਸਤੇ ਕੋਈ ਵੀ ਇੱਦਾਂ ਦਾ ਪੀਸ ਲੈ ਲੈਣਾ ਪਲਾਸਟਿਕ ਦਾ, ਜਾਂ ਤੁਸੀਂ ਆਪਾਂ ਇੱਦਾਂ ਦੋ ਪਲਾਸਟਿਕ ਦੀਆਂ ਪੱਤੀਆਂ ਵੀ ਲਗਾ ਸਕਦੇ ਹਾਂ, ਪਰ ਆਪਣੇ ਕੋਲ ਇਹ ਪਿਆ ਇਹਦਾ ਇਹਦਾ ਯੂਜ਼ ਕਰ ਲਾਂਗੇ ਆਪਾਂ। ਆਪਣੇ ਕੋਲ ਜਿਹੜੇ ਇਹ ਵਾਲੇ ਗੇਅਰਸ ਨੇ ਆਪਾਂ ਇਹਦੇ ਜਿਹੜੇ ਯੂਜ਼ ਕਰਨੇ ਨੇ, ਇਹਨਾਂ ਨੂੰ ਜਿਹੜਾ ਆਪਾਂ ਪਹਿਲਾਂ ਲਗਾ ਦਾਂਗੇ ਫਿਰ ਸਿੱਧਾ ਦਿਖਾਵਾਂਗੇ। ਲਓ ਜੀ ਹੁਣ ਆਪਣੇ ਗੇਅਰ ਅਤੇ ਮੋਟਰ ਬਿਲਕੁਲ ਫਿੱਟ ਹੋ ਚੁੱਕੇ ਆ, ਤੁਸੀਂ ਦੇਖ ਸਕਦੇ ਹੋ ਮੈਂ ਸਾਰੀਆਂ ਗਰਾਰੀਆਂ ਜਿਹੜੀਆਂ ਲਗਾ ਦਿੱਤੀਆਂ ਨੇ। ਅਤੇ ਇਹਦੇ ਉੱਤੇ ਆਪਾਂ ਬਾਅਦ 'ਚ ਐਮਸੀਲ ਲਗਾ ਦਾਂਗੇ, ਹਾਲੇ ਇੱਥੇ ਵੀ ਲਗਾਉਣੀ ਰਹਿੰਦੀ ਆ। ਅਤੇ ਬਾਕੀ ਮੈਂ ਇੱਕ ਵਾਰੀ ਤੁਹਾਨੂੰ ਚੈੱਕ ਕਰਕੇ ਵੀ ਦਿਖਾ ਦਿੰਦਾ ਹਾਂ। ਤੁਸੀਂ ਦੇਖ ਸਕਦੇ ਹੋ ਇਹਦੀ ਵਰਕਿੰਗ ਜਿਹੜੀ ਬਿਲਕੁਲ ਠੀਕ ਹੈਗੀ ਆ। ਆਸਾਨੀ ਨਾਲ ਜਿਹੜਾ ਰੁਕਦਾ ਨਹੀਂ ਹੈਗਾ, ਬਾਕੀ ਹੋਰ ਬੈਟਰੀਆਂ ਜੋੜਾਂਗੇ ਸਪੀਡ ਹੋਰ ਵੱਧ ਜੂਗੀ। ਬੈਟਰੀ ਹਲਦੀ ਪਈ ਹੈ ਇੱਥੋਂ, ਬਾਕੀ ਚੱਲਦਾ ਬਿਲਕੁਲ ਸਹੀ ਹੈ। ਆਪਣੇ ਇਹਦੇ ਟਾਇਰ ਨੇ ਪਿਛਲੇ ਵਾਲੇ, ਉਹ ਜੀ ਹੁਣ ਆਪਾਂ ਜਿਹੜੇ ਇਹਦੇ ਟਾਇਰ ਵੀ ਲਗਾ ਦਿੱਤੇ ਨੇ। ਬਾਕੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ, ਬਾਕੀ ਆਪਾਂ ਜਿਹੜਾ ਟਰੈਕਟਰ ਦਾ ਅਗਲਾ ਪਾਰਟ ਹੈ ਉਹ ਬਣਾਵਾਂਗੇ, ਪਾਰਟ 2 ਦੇ ਵਿੱਚ ਆਪਾਂ ਜਿਹੜਾ ਨੂੰ ਕੰਪਲੀਟ ਕਰਾਂਗੇ। ਅਤੇ ਬਾਕੀ ਹੋ ਸਕਿਆ ਤਾਂ ਮੋਡੀਫਾਈ ਵੀ ਉਹਦੇ 'ਤੇ ਕਰਨ ਦੀ ਕੋਸ਼ਿਸ਼ ਕਰਾਂਗੇ, ਵਧੀਆ ਤਰੀਕੇ ਨਾਲ ਜਿਹੜੇ ਇਹਦੇ ਛਤਰੀ ਵਗੈਰਾ ਲਗਾਵਾਂਗੇ। ਉਹਨਾਂ ਚਿਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ, ਅਤੇ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ।